ਹਾਂ ਵੀਰੋ, ਅੱਜ ਮੈਂ ਪਿੰਡ ਬੋਪਰਾਵਾਂ ਕਲਾਂ ਦੇ ਵਿੱਚ ਸਰਦਾਰ ਕੁਲਦੀਪ ਸਿੰਘ ਸਨੋ ਮੋਹਨ ਸਿੰਘ ਦੇ ਖੇਤ ਦੇ ਵਿੱਚ ਪਹੁੰਚਿਆ ਵਾਂ। ਇਸ ਝੋਨੇ ਨੂੰ ਤੁਸੀਂ ਜਿਹੜਾ ਦੇਖ ਰਹੇ ਹੋ, 3 ਹਫ਼ਤੇ ਹੋ ਗਏ। ਸੋ 3 ਹਫ਼ਤੇ ਜਿਹੜੀ ਆ ਯੂਨੀਵਰਸਿਟੀ ਵੱਲੋਂ ਜਿਹੜੀ ਸਿਫਾਰਿਸ਼ ਕੀਤੀ ਗਈ ਆ, 3 ਤੇ 6 ਹਫ਼ਤਿਆਂ ਵਿੱਚ ਜਿਹੜਾ ਆਪਾਂ ਯੂਰੀਆ ਸਾਰਾ ਆਪਣਾ ਖਤਮ ਕਰਨਾ। ਸੋ ਯੂਰੀਆ ਪਾਉਣ ਦਾ ਜਿਹੜਾ ਢੰਗ ਤਰੀਕਾ ਵਾ, ਉਹ ਵੀ ਕਿਸਾਨ ਵੀਰੋ ਤੁਹਾਨੂੰ ਥੋੜ੍ਹਾ ਜਿਹਾ ਆਪਾਂ ਮੈਂ ਤੁਹਾਨੂੰ ਜਿਹੜਾ ਤਕਨੀਕੀ ਤੌਰ 'ਤੇ ਆਪਾਂ ਖੜ੍ਹੇ ਪਾਣੀ ਦੇ ਵਿੱਚ ਯੂਰੀਆ ਪਾਉਂਦੇ ਹਾਂ, ਉਹਦੇ ਨਾਲ ਸਾਨੂੰ ਇੰਨਾ ਲਾਭ ਨਹੀਂ ਮਿਲਦਾ। ਸੋ ਯੂਨੀਵਰਸਿਟੀ ਵੱਲੋਂ ਵੀ ਇਹੀ ਸਿਫਾਰਿਸ਼ ਆ ਕਿ ਜਦੋਂ ਤੁਹਾਡਾ ਪਾਣੀ ਥੱਲੇ ਜੀਰ ਜੇ ਤਾਂ ਉਸ ਟਾਈਮ ਦੇ ਵਿੱਚ ਸ਼ਾਮ ਨੂੰ ਜਿਹੜਾ ਤੁਸੀਂ ਜਿਹੜਾ ਯੂਰੀਆ ਜਿਹੜਾ ਉਹ ਲਾਓ, ਨਹੀਂ ਤਾਂ ਬਹੁਤ ਸਾਰਾ ਮੈਂ ਦੇਖਿਆ ਹੁਣ ਖੇਤਾਂ ਦੇ ਵਿੱਚ ਸਾਰਿਆਂ ਦੇ ਵੀ ਇਹਨਾਂ ਨਾਲ ਪਾਣੀ ਖੜ੍ਹਾ ਅਤੇ ਉਹਦੇ ਵਿੱਚ ਆਪਾਂ ਯੂਰੀਆ ਪਾਈ ਜਾਂਦੇ, ਅੱਧੀ ਮਿਥੇਨ ਗੈਸ ਮੁੜ ਕੇ ਉੱਡ ਜਾਂਦਾ ਅਤੇ ਬੂਟਿਆਂ ਨੂੰ ਸਾਰਾ 20-25% ਜਿਹੜਾ ਉਹ ਲੱਗਦਾ। ਸੋ ਇਸ ਕਰਕੇ ਹੁਣ ਕਿਸਾਨ ਵੀਰੋ ਜਿਹੜਾ ਝੋਨੇ ਦੇ ਵਿੱਚ ਜਿਹੜਾ ਯੂਰੀਆ ਪਾਉਣ ਦਾ ਤੁਹਾਡਾ ਸਮਾਂ ਵਾ, ਸੋ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਮੇਰੀ ਇਹੀ ਬੇਨਤੀ ਹੈ ਖੇਤੀਬਾੜੀ ਵਿਭਾਗ ਵੱਲੋਂ ਵੀ ਜਦੋਂ ਪਾਣੀ ਤੁਹਾਡਾ ਥੱਲੇ ਜੀਰ ਜੇ ਉਸ ਟਾਈਮ ਦੇ ਉੱਪਰ ਯੂਰੀਆ ਜਿਹੜਾ ਖੇਤ ਦੇ ਵਿੱਚ ਪਾਓ। ਅਤੇ ਦੂਸਰੇ ਨੰਬਰ 'ਤੇ ਬਹੁਤ ਸਾਰੇ ਕਿਸਾਨ ਵੀਰ ਮੈਂ ਦੇਖਿਆ ਫੀਲਡ ਦੇ ਵਿੱਚ ਹੀ ਆ, ਹੁਣੇ ਪ੍ਰਧਾਨ ਦੂਸਰੀਆਂ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਬਾਇਓਜੈਮ ਦੂਜੀਆਂ ਪਾ ਰਹੇ ਨੇ ਉਹ ਕਿਸਾਨ ਵੀਰ, ਇਹਨਾਂ ਦਾ ਅਜੇ ਕੋਈ ਪਾਉਣ ਦਾ ਫਾਇਦਾ ਨਹੀਂ, ਅਜੇ ਨਾ ਤਾਂ ਕੋਈ ਵੀ ਜਿਹੜਾ ਵਾ ਝੋਨੇ ਦੇ ਉੱਪਰ ਕਿਸੇ ਵੀ ਕੀੜੇ ਅਤੇ ਬਿਮਾਰੀ ਦਾ ਹਮਲਾ ਨਹੀਂ। ਸੋ ਇਸ ਕਰਕੇ ਜਦੋਂ ਵੀ ਤੁਹਾਡੇ ਕੋਲ ਕੀੜੇ ਬਿਮਾਰੀ ਦਾ ਹਮਲਾ ਹੁੰਦਾ ਤਾਂ ਅਸੀਂ ਖੇਤੀਬਾੜੀ ਵਿਭਾਗ ਤੁਹਾਡੇ ਕੋਲ